मजीद इस तरह की वीडियो देखने के लिए हमारे जानी बेस्ट चैनल को सब्सक्राइब करें और बेल आइकन को प्रेस करें ताकि मजीद इस तरह की वीडियो की नोटिफिकेशन आपको टाइम पर मिलती रहे। बिस्मिल्लाहिर्रहमानिर्रहीम, अस्सलाम वालेकुम प्यारे दोस्तों, मेरा नाम है आतिफ शहजाद, आप देख रहे हो जानी बेस्ट चैनल। दोस्तों जी, आज की वीडियो की डेट है जी 5 सितंबर 2024 जुमे रात दिन है, शोकिया वीडियो ना लाज रहे हैं। वैसे हाई साहब की वीडियो बुध नूं ते हफ्ते नूं लगती है, लेकिन कल माल सेल आउट हो गया सी ते रात नूं दाने पहुंचे ते हाई साहब ने आख्या कि दाने आ गए ने, ते दाने भी यहीं दे आ गए ने कि ब्राह्मण नूं शोक करवाउणा बणदा है। ते फिर असी टाइम कढ़िया जुमे रात वाले दिन हाजी अर्श साहब कोल आए हां ते माशाल्लाह वाकई दाने वेख के दिल खुश होया। ਦਿਲ ਖੁਸ਼ ਹੋਇਆ ਕਿ ਹਾਜੀ ਸਾਹਿਬ ਨੇ ਐਫਰਟ ਕੀਤੀ ਹੈ, ਮਿਹਨਤ ਕੀਤੀ ਹੈ, ਗਾਵਾਂ ਲਿਆਂਦੀਆਂ, ਚੰਗੇ ਦੁੱਧ ਵਾਲੀਆਂ ਲਿਆਂਦੀਆਂ। ਮਦੇ ਦੀ ਗੱਲ, ਗਾਵਾਂ ਹੀ ਨਹੀਂ, ਵੀਡੀਓ ਦੇ ਵਿੱਚ ਦੋ ਤਿੰਨ ਹੀ ਫਰਾਮੀ ਮੌਜੂਦ ਨੇ, ਕੁਆਲਿਟੀ ਦਾ ਮਾਲ ਹੈ। ਚਾਰ ਇੱਕ ਗਾਵਾਂ ਨੇ ਪਰ ਚਾਰੇ ਹੀ ਕਮਾਲ ਨੇ, ਪਹਿਲਣਾ ਅਤੇ ਦੂਜਣਾ, ਅਤੇ ਇਸ ਅਮੈਰੀਕਨ ਦਾ ਜੋੜ ਕੋਈ ਨਹੀਂ। ਡਿਟੇਲਪੁਰੀ ਹਾਈ ਸਾਹਿਬ ਕੋਲ ਲੈਂਦੇ ਹਾਂ। ਸਲਾਮ ਜੀ, ਵਾਲੇਕੁਮ ਹਾਈ ਸਾਹਿਬ, ਫਿਰ ਤਬੀਤ ਕੈਸੀ? ਅਲਹਮਦੁਲਿਲਾ। ਵੀਡੀਓ 'ਚ ਤਿੰਨ ਹੀ ਫਰਾਂ, ਚਾਰ ਗਾਵਾਂ। ਬਸ ਜਾਨੀ ਬਾਈ, ਅੱਲਾਹ ਦੀ ਜ਼ਾਤ ਦਾ ਬੜਾ ਕਰਮ ਹੈ ਔਰ ਇਹਨਾਂ ਬ੍ਰਾਹਮਣ ਦੀ ਬੜੀ ਮੁਹੱਬਤ ਹੈ। ਅਸੀਂ ਉਹਨਾਂ ਬ੍ਰਾਹਮਣ ਸਲੂਟ ਕਰਦੇ ਹਾਂ, ਮਾਸ਼ਾਅੱਲਾ ਸਲਾਮ ਪੇਸ਼ ਕਰਦੇ ਹਾਂ ਕਿ ਜਿਹੜੀ ਇੰਨੀ ਮੁਹੱਬਤ ਕਰ ਰਹੇ ਨੇ। ਜਾਨੀ ਬਾਈ, ਵੀਡੀਓ ਮੇਰੀ ਕੱਲ੍ਹ ਲੱਗਣੀ, ਤੁਸੀਂ ਬਾਈਆਂ ਨੇ ਡਿਟੇਲ ਦੇ ਦਿੱਤੀ ਹੈ, ਕੱਲ੍ਹ ਮਾਲ ਸੇਲ ਹੋ ਗਿਆ ਹੈ ਅਤੇ ਬੜੇ ਅੱਛੇ ਔਰ ਹੈਵੀ ਜਾਨਵਰ ਖਰੀਦੇ ਨੇ ਅਤੇ ਸ਼ੋਕੀਆ ਵੀਡੀਓ ਕਰਾ ਰਹੇ ਹਾਂ ਬਾਈਆਂ ਨੇ, ਬੱਚੀਆਂ ਵੀ ਅਨਮੋਲ ਹੀ ਰਹੇ ਨੇ ਅਤੇ ਤੇਰੇ ਚੈਨਲ 'ਤੇ ਕੱਲ੍ਹ ਜਰਸੀ ਗਾਂ ਲੱਗੀ ਹੈ, ਬੜਾ ਦਿਲ ਖੁਸ਼ ਹੋਇਆ ਕਿ ਸਾਡੇ ਬਲਵਾਲ 'ਚ ਜਰਸੀ ਗਾਂ ਭਾਜੀ ਲੱਗੀ ਅਵਾਨ ਡੇਰੀ ਫਾਰਮ। ਮਾਸ਼ਾਅੱਲਾ, ਦੇਖੋ ਜੀ, ਅਸੀਂ ਉਸ ਬਾਈ ਨੂੰ ਦਾਤ ਦਿੰਦੇ ਹਾਂ, ਬੜਾ ਦਿਲ ਖੁਸ਼ ਹੋਇਆ। ਅਤੇ ਜਿਹੜੀ ਅਮੈਰੀਕਨ ਹੈ ਨਾ ਅੱਜ, ਮੇਰਾ ਖਿਆਲ ਹੈ ਜਿਹੜੀ ਅਮੈਰੀਕਨ ਵੀ ਲਾ ਰਹੇ ਹਾਂ ਤੇਰੇ ਚੈਨਲ 'ਤੇ, ਇਸ ਹਫ਼ਤੇ ਦਾ ਰਿਕਾਰਡ ਹੈ ਕਿ ਇਹ ਵਜੀ ਅਮੈਰੀਕਨ ਜਿਹੜੀ ਹੈ ਉਹ ਮੈਂ ਤੇਰੀ ਵੀਡੀਓ 'ਤੇ ਨਹੀਂ ਦੇਖੀ। ਔਰ ਬਾਈਆਂ ਜਦੋਂ ਵੀਡੀਓ ਵੇਖਣੀ ਹੈ, ਮੁਕੰਮਲ ਸ਼ੌਕ ਕਰਨਾ ਹੈ ਕਿ ਸ਼ੌਕ ਪੂਰਾ ਹੋਇਆ ਕਿ ਵਾਕਈ ਅਮੈਰੀਕਨ ਬਰੀਡ ਹੈ ਔਰ ਥੱਲੇ ਬੱਚੀ ਸੈਕਸੀ ਮੰਦੀ, ਇਹ ਬਾਈਆਂ ਨੂੰ ਵੇਖ ਕੇ ਦਿਲ ਖੁਸ਼ ਹੋਇਆ। ਔਰ ਅੱਜ ਦੇ ਰੇਟ ਬੜੇ ਮਕੂਲ ਜੀ, ਅੱਜ ਵੀਡੀਓ ਦੀ ਸਟਾਰਟਿੰਗ ਰੇਟ ਲੱਗ ਗਿਆ 2 ਲੱਖ। ਔਰ ਇੱਕ ਹੋਰ ਗੱਲ ਹੈ ਭਾਈ, ਵੀਡੀਓ ਵੇਖ ਕੇ ਅੰਦਰ ਗਾਜੀ ਹੋਰੀ ਬੜਾ ਪੈ ਕੇ ਲੰਦਰ ਗਾਂ ਨਾਲ, ਅੱਜ ਬਾਈਆਂ ਨੇ ਵੀਡੀਓ ਵੇਖਣੀ ਹੈ, ਚਾਰ ਹੀਰੇ ਨੇ ਕਿ 20 ਗਾਂ ਦੇ ਨਾਲ ਰੇਟ ਦੇ ਵਿੱਚ ਲੱਖ ਲੱਖ ਦਾ ਪੈਕੇਜ ਮਹਿਸੂਸ ਹੋਇਆ, ਤਾਂ ਉਸ ਬਾਈ ਨੇ ਗਾਵਾਂ ਲੈਣੀਆਂ। ਜ਼ਿੰਦਾਬਾਦ ਜੀ, ਵੀਡੀਓ ਐਂਡ ਤੱਕ ਦੇਖੋ, ਚੈਨਲ ਦੇ ਨਾਲ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾਓ, ਚਲਦਾ ਪਹਿਲਾਂ ਮਰਕੀ ਬ੍ਰੇਡ ਚਿੱਤਰ। ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ, ਦੋਸਤੋ ਜੀ, ਪਹਿਲੀ ਲਾਰਜ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਮਾਸ਼ਾਅੱਲਾ ਜੀ ਗਾਵਾਂ ਦੇ ਕੱਦ ਬੁੱਤ ਦੀਆਂ ਹੀਫਰਾਂ ਆ ਚੁੱਕੀਆਂ ਨੇ, ਮੂੰਹ ਚੋਂ ਕੱਚੀਆਂ ਖੀਰੀਆਂ। ਅੱਜ ਅਰਸ਼ਦ ਇਕਬਾਲ ਸਾਹਿਬ ਨੇ ਅੱਜ ਫਸਟ ਟਾਈਮ, ਇੱਕ ਵਾਰੀ ਪਹਿਲੇ ਅਸੀਂ ਲਾਈਆਂ ਸਨ, ਲੇਕਿਨ ਉਹ ਇੰਪੋਰਟਡ ਕੈਟਾਗਰੀ ਦੀਆਂ ਹੀਫਰਾਂ ਸਨ ਜਿਹੜੀਆਂ ਡਾਇਰੈਕਟਲੀ ਬਾਹਰੋਂ ਇੰਪੋਰਟ ਹੋ ਕੇ ਆਉਂਦੀਆਂ, ਜਾਂ ਜਿਹੜੀਆਂ ਤੁਸੀਂ ਆਖ ਸਕਦੇ ਹੋ ਇਹ ਪਾਕਿਸਤਾਨ ਜੰਮਪਲ, ਚੰਗੀਆਂ ਮਾਵਾਂ ਦੀਆਂ ਬੱਚੀਆਂ, ਚੰਗੇ ਸਿਮਨ ਔਰ ਹਾਈਟ ਵੇਟ ਬੋਡੀ ਸਟਰਕਚਰ ਵੇਖ ਸਕਦੇ ਹੋ। ਮਜ਼ੇ ਦੀ ਗੱਲ, ਵੈੜਾ ਇਨਸ਼ਾਅੱਲਾ ਤਾਲਾ ਜਿਹੜੀਆਂ ਮੈਂ ਤੁਹਾਨੂੰ ਵਿਖਾਵਾਂਗੇ, ਤਸੱਲੀ ਗਰੰਟੀ ਹੋਏਗੀ, ਮੂੰਹ 'ਚ ਕਿਤਨੀਆਂ ਨੇ ਖੀਰੀਆਂ ਨੇ ਦੁੰਦੀਆਂ ਨੇ, ਹਰ ਚੀਜ਼ ਦੀ ਗਰੰਟੀ ਦੇਵਾਂਗੇ, ਵਿਖਾਵਾਂਗੇ ਇਨਸ਼ਾਅੱਲਾ ਤਾਲਾ। ਸਾਡਾ ਮਕਸਦ ਹੈ ਜਾਨਵਰ ਨੂੰ ਵਿਖਾਉਣਾ, ਡਿਟੇਲ ਬਗੋਲ ਮਾਲਕ ਦੇ ਪਹੁੰਚਾਉਣਾ। ਔਰ ਹਾਜੀ ਸਾਹਿਬ ਮਾਸ਼ਾਅੱਲਾ ਜੀ, ਮਾਸ਼ਾਅੱਲਾ, ਰੈਡ ਫਰੀਜ਼ੀਅਨ ਹਾਜੀ ਸਾਹਿਬ ਬੈਂਜ ਨਾ ਹੋਵੇ ਨਾ, ਫਿਰ ਹਰ ਵੀਡੀਓ 'ਚ ਬਰਾਕ ਖਾਨ ਹਾਜੀ ਸਾਹਿਬ, ਦੋ ਚਾਰ ਹੋਰ ਬੱਚੀਆਂ ਵੀ ਨਹੀਂ, ਬੱਚੀਆਂ ਸ਼ੌਕ ਕਰਾਵਾਂਗੇ ਇਨਸ਼ਾਅੱਲਾ। ਆਇਆ ਜੀ, ਇਹ ਕਰਾਵਾਂਗੇ ਇਨਸ਼ਾਅੱਲਾ। ਮਾਸ਼ਾਅੱਲਾ, ਅਮਰੀਕਨ ਨੇ ਪੂਰੀਆਂ, ਫਰੀਜ਼ੀਅਨ, ਆਸਟ੍ਰੇਲੀਅਨ, ਪੂਰੀਆਂ ਚੀਜ਼ਾਂ। ਜਾਨੀ ਬਾਈ, ਗੌਰ ਮਜ਼ੇ ਦੀ ਗੱਲ ਹੈ, ਦੇਖੋ ਨਾ ਮਾਸ਼ਾਅੱਲਾ, ਸੌ ਸ਼ਰੀਫ ਔਰ ਖੀਰੀਆਂ, ਖੀਰੀਆਂ ਹੋਣਗੀਆਂ ਨਾ, ਖੀਰੀਆਂ, ਕੋਈ ਦੁੰਦੀ ਹੋਈ ਤੇ ਕਾਬੂ ਕਰਨਾ, ਕਾਬੂ ਕਰ ਇੱਥੇ, ਇਹ ਚੀਜ਼ ਹੈ, ਚੀਜ਼ ਨੱਕ ਤਾਤ ਰੱਖ ਕੇ ਵਿਖਾ ਦਿਓ, ਐਨ ਖੁੱਲੀਆਂ ਸਵਾਈ ਤੋਂ ਮੇਰਾ ਦਿਲ ਹੈ ਕਿ ਬ੍ਰਾਹਮਣ ਨੂੰ ਚੀਜ਼ ਤਾਂ ਪੂਰੀ ਨਜ਼ਰ ਆਵੇ ਨਾ। ਲਓ ਜੀ, ਚੈੱਕ ਕਰੋ ਜੀ, ਕੱਚੀ ਖੀਰੀ ਫੜੀ ਮੇਰੇ ਪੁੱਤ, ਖੀਰੀ ਹੋਏਗੀ ਆਈ ਸਾਹਿਬ, ਤੁਸੀਂ ਦੱਸ ਦਿਓ ਇਹ ਕਿਹੜਾ ਕੰਮ ਹੈ। ਮਾਸ਼ਾਅੱਲਾ, ਵੇਖੇ ਨਾ ਬੱਚੀ ਦੀਆਂ ਹਾਈਟ, ਵੇਖੇ ਨਾ ਕਿ ਮਾਸ਼ਾਅੱਲਾ, ਆਈ ਦੀ ਹਾਈਟ ਜਿਹੜੀ ਇਹਨੂੰ ਬਾਹਾਂ ਨਹੀਂ ਲੱਗਦੀ ਕਿਤੇ, ਫਿਰ ਸਾਉ ਬੜੀਆਂ ਸ਼ਰੀਫ। ਕਾਬੂ ਕਰ ਕੇ ਮੇਰਾ ਬਰਾ, ਕਾਬੂ ਕਰ ਦੋਤ ਜੀ, ਇਹ ਫੜੀ ਗਈ, ਇਹ ਵੀ ਚੈੱਕ ਕਰਵਾ ਲਈਏ ਸਰ, ਦੋਨ ਦਾ ਲੱਕੜ ਦੀ ਪਿਆਈ ਨਹੀਂ ਨਹੀਂ ਜਾਨੀ ਬਾਈ, ਖੀਰੀ ਹੈ, ਆ ਵੇਖੋ ਨਾ, ਦੇ ਅਜੇ ਹੁਣ ਗਰਾ ਰਹੀ ਹੈ, ਖੀਰੀ ਹੈ,
ਹਾਂ ਹੁਣ ਗਰਾਂਦੀ ਪਈ ਠੀਕ ਹੈ ਇੱਕ ਗਰਾਂਦੀ ਪਈ ਯਾਨੀ ਕਿ ਅੰਦਰ ਦੀ ਫ੍ਰੀ ਮਾਰਟਰ ਦੀ ਹਰ ਕਿਸਮ ਦੀ ਗਰੰਟੀ ਦੁੱਧ ਦੀ ਹਰ ਤਰ੍ਹਾਂ ਦੀ ਗਰੰਟੀ ਤਸੱਲੀ ਹੋਏਗੀ ਔਰ ਜਾਨਵਰ ਵੇਖ ਲਓ ਜੀ ਗੁੱਲੇ ਵੀ ਵਿਖਾ ਦੇ ਮੈਂ ਤੁਹਾਨੂੰ ਕੋਸ਼ਿਸ਼ ਕਰਨਾ ਚੈੱਕ ਕਰੋ ਜੀ ਬਹੁਤ ਖੂਬਸੂਰਤ ਗੁੱਲੇ ਉਸ ਜਗ੍ਹਾ ਤੇ ਇਕੱਠੀਆਂ ਕਰ ਦਿਓ ਅੱਗੇ ਆ ਜਾਓ ਯਾਰ ਥੋੜ੍ਹਾ ਇਸ ਏਰੀਏ ਦੇ ਵਿੱਚ ਰੱਖੋ ਸਿਰਫ ਇਸ ਏਰੀਏ 'ਚ ਬਸ ਬਸ ਇੱਥੇ ਖਲੋ ਤੂੰ ਤਾਂ ਤੁਸੀਂ ਇੱਥੇ ਖਲੋ ਮਾਸ਼ਾਅੱਲਾ ਚੈੱਕ ਕਰੋ ਜੀ ਕੁਆਲਿਟੀ ਹੋਏਗੀ ਪੂਰੀ ਇਨਸ਼ਾਅੱਲਾ ਬਰੀਡ ਹੋਏਗੀ ਔਰ ਮਿਆਰ ਹੋਏਗਾ ਹਾਂਜੀ ਸਾਹਿਬ ਜਾਨੀ ਬਾਈ ਪ੍ਰਾਈਸ ਇਜ਼ ਮੁਕਤ ਸਾਰ ਲਾ ਜੀ ਮੇਰੇ ਸ਼ੌਕ ਕਰਦੇ ਨਾ ਕਿ ਸਾਨੂੰ ਬੱਚੀ ਮਿਲੇ ਤੇ ਚੰਗੀ ਮਿਲੇ ਹਲੇ ਸੀਮੈਂਟ ਟੱਚ ਨਹੀਂ ਹੋਏ ਜੀ ਜਾਨੀ ਬਾਈ ਜਿਹੜੀ ਰੈੱਡ ਬੱਚੀ ਹੈ ਨਾ ਇਸ ਨੂੰ ਸੀਮੈਂਟ ਟੱਚ ਹੋ ਗਿਆ 26 ਦਿਨ ਦਾ 26 ਦਿਨ 26 ਦਿਨ ਦਾ ਠੀਕ ਹੈ ਜਿਹੜੀ ਬਾਕੀਆਂ ਬੱਚੀਆਂ ਦੋਨੋਂ ਨੇ ਇਸ ਸੀਮੈਂਟ ਲੈਣ ਵਾਲੀਆਂ ਮਾਸ਼ਾਅੱਲਾ ਹਲੇ ਤੱਕ ਸੀਮੈਂਟ ਟੱਚ ਨਹੀਂ ਹੋਇਆ ਇਸ ਹਫਤੇ ਦੋ ਵਿੱਚ ਸੀਮੈਂਟ ਲੈ ਲੈਣ ਪ੍ਰਾਈਸਿਸ ਕੀ ਲਾਣੀਆਂ ਰੇਟ ਨਹੀਂ ਮੰਗਣਾ ਜਾਨੀ ਬਾਈ ਰੇਟ ਕੋਈ ਨਹੀਂ ਪਹਿਲੀ ਵਾਰੀ ਬੱਚੇ ਲਾ ਰਹੇ ਆ ਸੁਣੋ ਨਾ ਮੈਂ ਤੇ ਇਹ ਸ਼ੌਕ ਵਸ ਲੈ ਲਈਆਂ ਠੀਕ ਹੈ ਕਾਫੀ ਬਾਈ ਕਸਟਮਰ ਕਾਲ ਕਰ ਰਹੇ ਭਾਜੀ ਸਾਹਿਬ ਬੱਚੀਆਂ ਲਿਆਓ ਬੱਚੀਆਂ ਲਿਆਓ ਤੇ ਮੈਨੂੰ ਸ਼ੌਕ ਹੈ ਥੋੜਾ ਕ੍ਰਾਸ ਬਰੀਡ ਦਾ ਹਲਕੀ ਹਲਕੀ ਤੇ ਚੰਗਾ ਹੈ ਬੱਚੀਆਂ ਜਾਨੀ ਬਾਈ ਤਿਆਰ ਹੋਣ ਨਾ ਤੇ ਮਾਸ਼ਾਅੱਲਾ 8 ਲੱਖ ਵਾਲੀ ਬੱਚੀ ਹੈ ਠੀਕ ਹੈ ਇੱਕ ਆਮ ਲੋਕਲ ਬੱਚੀਆਂ ਨਹੀਂ ਹੁਣ ਜਿਹੜੇ ਆ ਫੁੱਲ ਗੁਲਾਬ ਹੈ ਮਾਸ਼ਾਅੱਲਾ ਮਾਸ਼ਾਅੱਲਾ ਇਹਦੀ ਖੂਬਸੂਰਤੀ ਦਾ ਹੁਸਨ ਮਾਸ਼ਾਅੱਲਾ ਤੇ ਸਿਮਨ ਵੀ ਟਰਬ ਤੋਂ ਮਾਲਕ ਨਾਲ ਲਵਾਇਆ ਅੱਛੀ ਚੀਜ਼ ਅੱਛੀ ਜਿਹਨੂੰ ਆਖੀਦਾ ਪੂਰੀ ਕੁਆਲਿਟੀ ਪਿਓਰਟੀ ਜਾਨੀ ਬਾਈ ਬੱਚੀਆਂ ਦਾ ਰੇਟ ਲਾਵਾਂ ਤਾਂ ਬੱਚੀਆਂ ਦਾ 4-4 ਲੱਖ ਰੁਪਏ ਦਾ ਫੁੱਟਾ ਅੱਛਾ ਜਿਸ ਭਾਈ ਨੇ ਚੰਗੀਆਂ ਲੱਗੀਆਂ ਨਾ ਰੇਟ ਨਹੀਂ ਦੇਣਾ ਮੁਹੱਬਤ ਨਾਲ 2,90,000 ਦੇ ਪੁੱਠੇ 2,90,000 ਰੁਪਏ ਦੀ ਮਾਸ਼ਾ ਜੀ ਰੈਡ ਫ੍ਰੀਜ਼ਨ ਜਾ ਰਹੀ ਜੇ ਚੈੱਕ ਆਊਟ ਕਰੋ ਪਿੰਕ ਨੋਜ਼ੀ ਦੇ ਨਾਲ ਪਿਓਰ ਬਲੱਡ ਲਾਈਨ ਚ ਆ ਬੱਚੀ ਦਾ ਚੈੱਕ ਜਾਣ ਦੇ ਕੋਈ ਕਾਕਾ ਅੱਗੇ ਤੁਹਾਨੂੰ ਕੁਆਲਿਟੀ ਵੇਖੋ ਜੀ 2,90,000 ਰੁਪਏ ਦੀ ਮਾਸ਼ਾ ਜੀ ਇਹ 2.5 ਮਹੀਨੇ ਦੀਆਂ ਡਾਕਟਰ ਪਾਸ ਕਰੋ ਤੇ ਮਾਸ਼ਾ ਜੀ ਡਬਲਾਂ ਚ ਇਨਸ਼ਾਅੱਲਾ ਤਾਲਾ ਕਿਉਂਕਿ 4-5 ਲੱਖ ਰੁਪਏ ਦੀ ਮਾਸ਼ਾ ਜੀ ਇਸ ਟਾਈਮ 4.5-4 ਲੱਖ ਰੁਪਏ ਦੀ ਬਰੀਡ ਹੋਣੀ ਚਾਹੀਦੀ ਹੈ ਹੁਣ ਬੱਚੀ ਵੇਖੋ ਨਾ ਮਾਸ਼ਾ ਅੱਲਾ ਜਾਨੀ ਬਾਈ ਕੁਆਲਿਟੀ ਨਾ ਭਾਈਆਂ ਨੂੰ ਪਹਿਚਾਣ ਹੈ ਨਾ ਇਹ ਵੇਖੇ ਨਾ ਜਿਹੜਾ ਜੋੜਾ ਬੱਚੀਆਂ ਦਾ ਹੈ ਕਮਾਲ ਤਰੇਵੇਂ ਕਮਾਲ ਲਾ ਜੀ ਦੋਵੇਂ ਵੀ ਇੱਥੇ ਖਲੋਣੇ ਹਾਂਜੀ ਖਲੋਣੇ ਪਈ ਮਾਸ਼ਾ ਅੱਲਾ ਵੇਖੋ ਜੀ ਕਿਸੇ ਬਰਾਂ ਨੂੰ ਚਾਹੀਦਾ ਹੋਵੇ ਅੱਜ 2,90,000 ਦਾ ਪੁੱਠਾ ਜੇ ਪਿਆਰ ਮੁਹੱਬਤ ਕੁਝ ਨਾ ਕੁਝ ਇਨਸ਼ਾਅੱਲਾ ਤਾਲਾ ਹਾਈ ਸਾਹਿਬ ਨਾਲ ਤੁਸੀਂ ਫੋਨ ਤੇ ਰਾਬਤਾ ਕਰਸੋ ਤੁਹਾਡੇ ਨਾਲ ਹੋਰ ਵੀ ਗੁੰਜਾਇਸ਼ ਤਾਲਾ ਹੋ ਜਾ ਔਰ ਮਾਸ਼ਾਅੱਲਾ ਜੀ ਪਹਿਲੀ ਵਾਰੀ ਬੱਚੀਆਂ ਲਾ ਰਹੇ ਨੇ ਕਿਸੇ ਨੂੰ ਖਾਲੀ ਨਹੀਂ ਮੋੜਨਗੇ ਜਿਸ ਵੀ ਰਾਬਤਾ ਕਿਤੋਂ ਨਾਲ ਅੱਛੇ ਤੋਂ ਅੱਛਾ ਬਿਹੇਵ ਹੋਏਗਾ ਚਲਤੇ ਅਗਲੀ ਲੋਟ ਤੇ ਲੋ ਜੀ ਦੋਸਤੋ ਪਹਿਲੇ ਨੰਬਰ ਦਾ ਜਾਨਵਰ ਸਕਰੀਨ ਦੇ ਉੱਤੇ ਪਹਿਲੇ 3 ਹੀਫਰਾਂ ਦਾ ਸ਼ੌਕ ਹੋਇਆ ਮਾਸ਼ਾ ਜੀ ਹੁਣ ਪਹਿਲੇ ਨੰਬਰ ਵਾਲੀ ਗਾਂ ਆ ਚੁੱਕੀ ਹੈ ਸਕਰੀਨ ਦੇ ਉੱਤੇ ਇਹਨੂੰ ਕਹਿੰਦੇ ਜੇ ਹੱਕ ਬਾਹੂ ਡੇਰੀ ਫਾਰਮ ਮਾਸ਼ਾਅੱਲਾ ਬਰੀਡ ਮਿਆਰ ਕੁਆਲਿਟੀ ਚ A+ ਜਾਨਵਰ ਕ੍ਰਾਸ ਚ ਹਾਈ ਸਾਹਿਬ ਨੂੰ ਸ਼ੌਕ ਹੀ ਕ੍ਰਾਸ ਦਾ ਹੈ ਚੋਲਿਸਤਾਨੀ ਤੇ ਫਰੀਜ਼ਨ ਔਰ ਗਾਂ ਦੇ ਕੋਲ ਇਹ ਛੋਟੀਆਂ ਡੱਬੀਆਂ ਚੋਲਿਸਤਾਨੀ ਦੀਆਂ ਤੁਹਾਨੂੰ ਕਲੀਅਰ ਕਰਵਾ ਰਹੀਆਂ ਨੇ ਔਰ ਇੱਕ ਹੋਰ ਕਾਲਾ ਸ਼ਾਹ ਥਣ ਹੋਵੇ ਖੂਬਸੂਰਤੀ ਹੋਵੇ ਜਾਨਵਰ ਚ ਹੋਰ ਕੀ ਚਾਹੀਦਾ ਜਾਨੀ ਬਾਈ ਮਾਸ਼ਾਅੱਲਾ ਫਸਟ ਟਾਈਮ ਰਗਾਂ ਇਤਨੀ ਹਾਈਟ ਦੀ ਜਿਹੜੀ ਲੈ ਕੇ ਆਉਣੀ ਹੈ ਫਸਟ ਟਾਈਮ ਹੈ ਉਹ ਜਾਨੀ ਬਾਈ ਬੜੀ ਔਖੀ ਜੀ ਗੱਲ ਹੈ ਇੱਥੇ ਆ ਕੇ ਆਈ ਸਾਹਿਬ ਬੇਟਮ ਤੁਸੀਂ ਫਸਟ ਟਾਈਮ ਰੈਡੀ ਗਾਂ ਦੱਸਣਾ ਫਸਟ ਟਾਈਮ ਰਗਾਂ ਭਾਈਆਂ ਦੇ ਘਰ ਗਈ ਵੀ ਡਾਕਟਰ ਵੀ ਸਾਬਤ ਨਾ ਕੀਤੀ ਨਾ ਤੇ ਮੈਂ ਗਾਂ ਦੇ ਡਬਲ ਪੈਸੇ ਦਿਆਂ ਅਸੀਂ ਕਿਵੇਂ ਇੱਥੇ ਬ੍ਰਾਹਮਣ ਨੂੰ ਸਾਬਤ ਕਰ ਸਕਦੇ ਹਾਂ ਖੋਲ ਕੇ ਦਿਖਾ ਲੈ ਦੰਦ ਵਿਖਾ ਬਾਈ ਤੇਰਾ ਪਿਆਰ ਦੇ ਨਾਲ ਖਿਲਾਰ ਕੇ ਦੰਦ ਵਿਖਾ ਕਲੀਅਰ ਤੇ ਇੱਥੇ ਹੀ ਹੋ ਜਾਣਾ ਜੋ ਵੀ ਦੱਸੇ ਕੀ ਹੁਣ ਹੋ ਰਹੀ ਹੈ ਮਾਸ਼ਾਅੱਲਾ ਚਾਰ ਦੰਦ ਹੈ ਆ ਚਾਰ ਦੰਦ ਅੱਛੇ ਗਰਾਊਂਡ ਕੱਢ ਰਹੀ ਹੈ ਮਾਸ਼ਾਅੱਲਾ ਦੁੱਧ ਜੀ ਚੌਕ ਤੋਂ 6 ਲੱਖ ਕੱਢਦੀ ਪਈ ਹੈ ਫਸਟ ਲੈਕਟੇਸ਼ਨ ਦਾ ਹੀਰਾ ਹੈ ਕੱਦ ਬਹੁਤ ਹਾਈਟ ਆ ਤਾਰੀਖ ਹੈ ਹਾਈ ਸਾਹਿਬ ਫਿਰ ਉਹ ਹੀ ਨਹੀਂ ਇੱਥੇ ਵੀ ਗੱਲ ਦੱਸ ਛੱਡੀ ਸਾਹਮਣੇ ਜਾਣ ਦੀ ਜ਼ਰੂਰਤ ਦੋਸਤੋ ਜੀ ਹਮਾਰਾ ਮਕਸਦ ਜਾਨਵਰ ਦਿਖਾਣਾ ਡਿਟੇਲ ਬਕੋਲ ਮਾਲਕ ਕੇ ਆਪ ਤੱਕ ਪਹੁੰਚਾਣਾ ਕੁਆਲਿਟੀ ਬਰੀਡ ਪੇ ਫੋਕਸ ਕਰਤੇ ਹੈ ਕੋਸ਼ਿਸ਼ ਕਰਤੇ ਹੈ ਆਪਣੀ ਤਰ੍ਹਾਂ ਸੇ ਕਿ ਅੱਛੀ ਸੇ ਅੱਛੀ ਚੀਜ਼ ਦਿਖਾ ਸਕੇ ਹਾਈ ਸਾਹਿਬ ਜਾਨੀ ਬਾਈ ਕੱਲ ਵੀਡੀਓ ਨਾ ਲਾ ਸਕੇ ਮਾਲ ਕਾ ਸਾਰਾ ਸੇਲ ਹੋ ਗਿਆ ਸੇਲ ਆਊਟ ਹੋਇਆ ਮੈਨੂੰ ਪਤਾ ਸ਼ਾਮ ਨੂੰ ਯਕੀਨ ਕਰ ਬੜਾ ਮੇਰਾ ਪਿਆਰਾ ਦੋਸਤ ਭਾਈ ਹੈ ਜਿਸ ਮੈਨੂੰ ਕਾਲ ਕੀਤੀ ਹੈ ਨਾ ਬਾਜੀ ਸਾਹਿਬ ਪਹੁੰਚ ਜਾਓ ਗਾਵਾਂ ਬੜੀਆਂ ਅੱਛੀਆਂ ਨੇ ਤੇ ਰਾਤ ਦੇ 12:30-1 ਵਜੇ ਗਾਵਾਂ ਮੈਂ ਫਾਰਮ ਤੇ ਲੈ ਕੇ ਪਹੁੰਚਿਆ ਜ਼ਿੰਦਾਬਾਦ ਇੱਕ ਇਹ ਗਾਂ ਤੇ ਇੱਕ ਹੋਰ ਆਖਰ ਤੇ ਅਮਰੀਕਨ ਗਾਂ ਹੈ ਇਹ ਜੋੜਾ ਮੈਂ ਇੱਕ ਭਾਈ ਕੋਲ ਲਿਆ
ਇਸ ਗਾਂ ਸੀਮਨ ਸੈਕਸ ਸੀਮਨ ਹੈ, ਲੇਕਿਨ ਮੇਰੀ ਕੋਈ ਗਰੰਟੀ ਨਹੀਂ ਹੈ। ਅੱਛਾ, ਨਾ ਮੈਂ ਗਰੰਟੀਆਂ ਦੇ ਕੇ ਸੈਕਸ ਸੀਮਨ ਦਾ ਮਾਲ ਵੇਚਿਆ। ਠੀਕ ਹੈ, ਉਹ ਮਾਲਕ ਦੇ ਮੁਕੱਦਰ ਜਾਂ ਨਸੀਬ, ਠੀਕ ਹੋ ਗਿਆ, ਬੱਚੀ ਦੇਵੇ ਜਾਂ ਬੱਚਾ ਦੇਵੇ। ਓਕੇ ਹੋ ਗਿਆ। ਗਾਂ ਫਸਟ ਟਾਈਮ ਮੇਰੇ ਮੂੰਹ ਚ ਚਾਰ ਦੰਦ ਛਿਗਰ ਆ ਜਾਏਗੀ, ਕੌਣ ਵਿਕਟ ਦੀ। ਠੀਕ ਹੈ, ਤੇ ਇਨਸ਼ਾਅੱਲਾ ਤਾਲਾ ਵੱਛੀ ਦੀ ਬਰੀਡ ਜਿਹੜੀ ਹੈ ਉਹ 30 ਕਿਲੋ ਵਾਲੀ ਮਹਿਸੂਸ ਹੋਈ, ਤੇ ਬਾਈਆਂ ਨੇ ਕਮੈਂਟ ਵਿੱਚ ਮਾਸ਼ਾਅੱਲਾ ਲਿਖਣਾ ਕਿਤਨੇ ਦੀ ਪਹਿਲੀ ਗਾਂ 30 ਕਿਲੋ ਵਾਲੀ ਹੈ ਜਾਂ ਨਹੀਂ। ਮੁਖਤਸਰਨ ਗੱਲ ਕੀ ਹੋਣੀ ਹੈ, ਵੱਛੀ ਤੇ ਜਾਨੀ ਬਾਈ 7.5 ਲੱਖ ਦੀ ਹੈ। ਹਾਂ ਨਾ, ਠੀਕ ਹੈ, ਜਿਸ ਬਾਈ ਨੂੰ ਚੰਗੀ ਲੱਗੀ ਨਾ 6.5 ਲੱਖ ਦੀ ਗਾਂ ਦੇ। 6.5 ਲੱਖ ਦੋਸਤੋ ਜੀ, 6.5 ਲੱਖ ਰੁਪਏ ਦਾ ਦਾਣਾ ਹੈ। ਔਰ ਚੈੱਕ ਕਰੋ ਰੇਟ ਕੈਸੇ ਨੇ, ਜਾਨਵਰ ਦਾ ਮਿਆਰ ਵੇਖਣਾ, ਪਹਿਲੇ ਲੈਗ ਸਕੋਰ ਵੇਖਣਾ, ਕੱਦ ਬੁੱਤ ਹਾਈਟ ਵੇਖਣੀ ਹੈ, ਬਰੀਡ ਵੇਖਣੀ ਹੈ। ਇੱਕ ਹੋਰ ਵੀ ਗੱਲ ਹੈ ਮਾਸ਼ਾਅੱਲਾ, ਜਿਹੜਾ ਭਰਾ ਮੇਰਾ ਮੌਕੇ ਤੇ ਆਵੇ, ਅਗਰ ਗਾਂ ਬਾਹਰ ਮਹਿਸੂਸ ਹੋਵੇ ਕਿ ਗਾਂ 7.5 ਲੱਖ ਖਾਲੀ ਹੈ, ਹਾਏ ਅਡਰ ਵੇਖ ਕੇ, ਗਾਂ ਦੀ ਬਾਡੀ ਸਟਰਕਚਰ ਵੇਖ ਕੇ, ਤਾਂ ਫਿਰ ਰਾਬਤਾ ਕਰੇ, ਫਿਰ ਰਾਬਤਾ ਕਰੇ, ਫਿਰ ਰਾਬਤਾ ਕਰਨਾ ਹੈ, ਫਿਰ ਗਾਂ ਦੀ ਹਾਈਟ ਵੇਖਣੀ ਹੈ, ਫਿਰ ਅੰਜ ਦੇ ਕ੍ਰਾਸ ਹੈ। ਦੁੱਧ ਜੀ ਚੋਗੀ ਤੋਂ ਛਿੱਗੀ ਹੋ ਰਹਿਣੀ, ਫਸਟ ਲੈਕਟੇਸ਼ਨ, ਐਡਾ ਕੱਦ ਬੁੱਤ, ਥੱਲੇ ਕਾਲੇ ਗੁੱਲੇ, ਇਹ ਲਿਬਾਸ ਲੈ ਕੇ ਫਿਰਨਾ, ਤਾਂ ਡਿਮਾਂਡ ਹੋਣੀ 6.5 ਲੱਖ। ਡਿਮਾਂਡ ਹੈ 6.5, 6.5 ਫਾਈਨਲ ਡਿਮਾਂਡ ਹੈ, ਡਿਮਾਂਡ ਹੈ, ਬੱਚੀ 8 ਲੱਖ ਦੀ ਹੈ, ਬੱਚੀ ਦੀ ਡਿਮਾਂਡ ਹੈ, ਬੱਚੀ ਦੀ ਡਿਮਾਂਡ ਜੇ। ਦੋਸਤੋ ਜੀ ਫਿਰ ਤੋਂ ਗੱਲ ਕਰ ਰਿਹਾ, ਕੋਈ ਹਤਮੀ ਨਹੀਂ, ਜਿਸ ਬਰਾ ਨੇ ਹਾਜੀ ਸਾਹਿਬ ਨੂੰ ਪਿਆਰ ਨਾਲ ਕਾਲ ਕੀਤੀ, ਕੁਝ ਨਾ ਕੁਝ ਮੁਹੱਬਤਾਂ ਜ਼ਰੂਰ ਹੋ ਜਾਏ। ਸੰਚਲਤਾ ਦਾ ਨੰਬਰ 2 ਕੀ ਉਹਦੇ ਵਿੱਚ ਚੈੱਕ ਆਊਟ ਕਰੋ, ਜਾਨਵਰ ਨੰਬਰ ਆ ਚੁੱਕਿਆ 2 ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ, ਹਾਜੀ ਅਰਸ਼ ਸਾਹਿਬ ਕੋਲ, ਮਾਸ਼ਾਅੱਲਾ ਚੈੱਕ ਕਰੋ ਜੀ, ਪਹਿਲੀ ਗਾਂ ਤੁਸੀਂ ਵੇਖੀਏ, ਦਿਲ ਖੁਸ਼ ਹੋਇਆ ਹੋਵੇ ਤਾਂ ਲਾਈਕ ਜ਼ਰੂਰ ਕਰਿਓ, ਚੈੱਕ ਕਰੇ ਇੱਕ ਵਾਰ, ਆਏ ਹਾਏ ਹਾਏ। ਹਾਜੀ ਸਾਹਿਬ ਦਾਣੇ ਕਮਾਲ ਨੇ ਯਾਰ, ਲੈਣੇ ਨਾ ਲੈਣੇ ਨਸੀਬਾਂ ਦੇ। ਜਾਨੀ ਬਾਈ ਇਨਸ਼ਾਅੱਲਾ ਤਾਲਾ, ਵੇਖੇ ਨਾ ਉੱਪਰ ਇੱਕ ਮਿੰਟ, ਅਗੇ ਵੈਰ ਲੈਂਦੀ ਹੈ ਜਾਨੀ ਬਾਈ, ਦਾੜੇ 10 ਕੱਚੀ ਹੈ, ਕੱਚੀ ਹੈ, ਲੇਕਿਨ ਬਰੀਡ ਪੂਰੀ ਹੈ, ਮਾਸ਼ਾਅੱਲਾ ਕੁਆਲਿਟੀ ਪੂਰੀ ਹੋਏਗੀ। ਆ ਕੇ ਭਾਈਆਂ ਨੂੰ ਫੋਕਸ ਹੋਣਾ ਨਾ ਗਾਵਾਂ ਦੀ ਬਰੀਡ ਤੇ, ਵਾਹ, ਗੱਲਾਂ ਨਾਲ ਨਹੀਂ ਮਾਸ਼ਾਅੱਲਾ। ਜਾਨੀ ਬਾਈ ਜਾਨਵਰ ਦੀ ਵੀਡੀਓ ਵੇਖ ਕੇ ਮੁਕੰਮਲ ਭਾਈਆਂ ਦਾ ਆ ਕੇ ਵੀਡੀਓ ਦਾ ਨਿਚੋੜ ਕਰਨਾ, ਐਂਜੀ ਹੈ, ਨਿਚੋੜ ਕੱਢ ਕੇ ਕਾਲ ਕਰਨੀ, ਵਾਕੀ ਬਰੀਡ ਜਿਹੜੀ ਹੈ 30+ ਵਾਲੇ ਜਾਨਵਰ ਨਾ ਜਾਂ 5+ ਜਿਹੜੀਆਂ ਚੀਜ਼ਾਂ ਦੱਸ ਰਹੇ ਨੇ ਕਿ ਵਾਕਈ ਉਹ ਪੂਰੀਆਂ ਹੈ, ਪੂਰੀਆਂ ਹੈ ਜਨੇ। ਪਿੱਛੇ ਫਿਰ ਕਾਕਾ ਜਾਨੀ ਬਾਈ, ਜਿਹੜੀ ਇਸ ਗਾਂ ਦਾ ਪ੍ਰਿੰਟ ਹੈ, ਹਾਂ, ਜਿਹੜੀ ਦੀ ਲੰਬਾਈ ਚੌੜਾਈ ਹੈ, ਜਿੰਨੀ ਖੂਬਸੂਰਤੀ ਹੈ, ਇਹ ਗਾਂ ਤਿਆਰ ਹੋਈ ਹੋਵੇ ਤਾਂ ਭਾਈਆਂ ਨੇ ਕਿਸੇ 8 ਲੱਖ ਦੀ ਵੀ ਨਹੀਂ ਦੇਣੀ, ਫੁੱਲ ਥਲੇ ਥੱਪੇ ਲਾਏ ਹੋਣ, ਫੁੱਲ ਤਿਆਰ ਹੋਵੇ, ਜ਼ਿੰਦਾਬਾਦ। ਲੇਕਿਨ ਅੱਜ ਦੀ ਡੇਟ ਚ ਆਈ ਸਾਹਿਬ, ਜਿਹੜਾ ਜਾਨਵਰ ਸਾਹਮਣੇ ਖਲੋਤਾ ਕੱਚਾ ਕੱਚਾ, ਸੈਕੰਡ ਟਾਈਮਰ ਹੈ ਨਾ ਜੀ, ਸੈਕੰਡ ਟਾਈਮਰ, ਦੋਸਤੋ ਜੀ ਹਾਈਟ ਵੇਟ ਬੋਡੀ ਸਟ੍ਰਕਚਰ ਚੈੱਕ ਕਰੋ, ਸੈਕੰਡ ਟਾਈਮਰ ਮੂੰਹ ਜੀ 6 ਦਾ, ਸੈਕੰਡ ਟਾਈਮਰ, ਔਰ ਇੱਥੇ ਜ਼ਰਾ ਚੈੱਕ, ਪਹਿਲੇ ਸੂਬੇ ਦਾ ਰਿਕਾਰਡ ਬਕੌਲ ਮਾਲਕ ਦੇ, ਮਾਲਕ ਦੱਸਿਆ 32 ਲੀਟਰ, 32 ਲੀਟਰ, ਅੱਲਾ ਪਾਕ ਨੂੰ ਪਤਾ 30+ ਕਰਦੀ ਹੈ ਜੇ 30 ਕਰਦੀ ਹੈ, ਸਾਨੂੰ ਇਹਦਾ ਕੋਈ ਇਲਮ ਨਹੀਂ ਕਿੰਨੇ ਦਾ ਦਾਣਾ। ਜਾਨੀ ਬਾਈ ਗਾਂ ਮੇਰੀ 7,75,000 ਦਾ, 7.75 ਤਿਆਰ ਹੋਈ ਹੋਈ, ਅੱਛਾ, 10 ਦਿਨ ਤੋਂ ਬਾਅਦ ਅੱਜ ਮੇਰੇ ਜਿਸ ਭਰਾ ਨੇ ਚੰਗੀ ਲੱਗੀ ਨਾ, ਬੜਾ ਪਿਆਰ ਦਾ ਰੇਟ ਦੇਣਾ, 6.75 ਦੀ ਗਾਂ, 6.75 ਦੀ। ਦੋਸਤੋ ਜੀ ਰੇਟ ਇੰਤਹਾਈ ਮਾਕੂਲ ਨੇ, ਮਾਰਕੀਟ ਚੈੱਕ ਕਰੋ, ਇਸ ਤਰ੍ਹਾਂ ਦੇ ਜਾਨਵਰ ਮਾਰਕੀਟ 'ਚ ਅੱਜ ਕੱਲ੍ਹ ਕੱਚੀਆਂ ਗਾਵਾਂ ਦੇ ਰੇਟ ਜਾਇਜ਼ ਨੇ। ਮੈਂ ਤੁਹਾਨੂੰ ਕਿਹਦੀ ਵਾਰੀ ਕਹਿੰਦਾ, ਜਦੋਂ ਜਾਨਵਰ ਫੁੱਲ ਤਿਆਰ ਹੁੰਦਾ, ਥੱਲੇ ਨਾਲ ਬੱਚਾ ਹੁੰਦਾ, ਥੱਬੇ ਲੱਗੇ ਹੁੰਦੇ ਨੇ, ਫਿਰ ਰੇਟ ਹੋਰ ਹੋ ਜਾਂਦਾ। ਇਸ ਲਈ ਕੁਛ ਕਰਿਆ ਕਰੋ, ਜਲਦੀ ਰਾਬਤਾ ਕਰਕੇ ਅੱਛੀ ਤੋਂ ਅੱਛੀ ਚੀਜ਼ ਕੇ ਜਾਨੀ ਬਾਈ, ਬਰੀਡ ਤੇ ਫੋਕਸ ਕਰ, ਅੱਛੀ ਚੀਜ਼ ਨੂੰ ਵੇਖਿਆ ਕਰੋ, ਗਾਂ ਦੇਖੋ ਲੈਗ ਸਕੋਰ ਕੀ ਹੈ, ਕੱਦ ਕੀ ਹੈ, ਗੁੱਲਾ ਕੀ ਹੈ, ਬਲੱਡ ਕੀ ਹੈ, ਇਹ ਸਭ ਵੇਖ ਕੇ ਫਿਰ ਫੈਸਲਾ ਲਿਆ ਕਰੋ। ਚਲਤਾ ਦਾ ਨੰਬਰ 3 ਕੀ ਦੋਸਤੋ ਜੀ, ਚੈੱਕ ਆਊਟ ਕਰੋ ਹੀਰੇ, ਮਾਸ਼ਾਅੱਲਾ ਜੀ ਅਰਸ਼ ਸਾਹਿਬ ਕੋਲ ਪੂਰੇ ਪੂਰੇ ਹੀਰੇ ਮਿਲਣਗੇ, ਕੁਆਲਿਟੀ ਮਿਲੇਗੀ ਤੇ ਪਿਓਰ ਮਿਲੇਗੀ। ਪੁੱਠਾ ਚੈੱਕ ਕਰਨਾ, ਜਾਨਵਰ ਦੇ ਕੋਲ ਥੱਲੇ ਲਿਬਾਸ ਚੈੱਕ ਕਰਨਾ, ਚੈੱਕ ਤੁਸੀਂ ਕਰਨੀ ਉਹ ਚੀਜ਼ ਜਿਹੜੀ ਮਾਸ਼ਾਅੱਲਾ ਤੁਹਾਨੂੰ ਚੈੱਕ ਕਰਨੀ ਚਾਹੀਦੀ ਹੈ ਕਿ ਜਾਨਵਰ ਦਾ ਬੋਡੀ ਵੇਟ ਕੀ ਹੈ, ਬੋਡੀ ਸਟਰਕਚਰ ਕੀ ਹੈ, ਇਹ ਉਹ ਚੀਜ਼ਾਂ ਨੇ ਜਿਹੜੀਆਂ ਕੱਲ੍ਹ ਨੂੰ ਤੁਹਾਡੇ ਕੰਮ ਆਉਣੀਆਂ ਨੇ। ਜਾਨਵਰ ਲਵੋਗੇ ਮਾਸ਼ਾਅੱਲਾ ਜੀ ਚੰਗੀ ਤਗੜੀ ਜਿਸਾਮਤ ਵਾਲਾ, ਤਾਂ ਤੁਹਾਡਾ ਫਾਇਦਾ ਹੀ ਫਾਇਦਾ ਹੈ, ਕਿਉਂਕਿ ਇੱਕ ਸੂਈ ਜਾਨਵਰ ਨੂੰ ਨਹੀਂ ਚੋਣਾ ਪੀਣਾ, ਜਾਨਵਰ ਚੋਣਾ ਪੀਣਾ ਲੌਂਗ ਟਰਮ, ਅੱਗੇ ਲੈਗ ਤੌਰ ਬਾਈ, 1 ਸੂਆ 2 ਸੂਏ 3 ਸੂਏ 4 ਸੂਏ, ਔਰ ਫਿਰ ਵੇਖੋ ਜੀ ਆਈ ਸਾਹਿਬ ਅਜੇ ਤੱਕ ਬੜੀ ਕੱਚੀ ਪਈ ਹੈ। ਜਾਨੀ ਬਾਈ ਅਜੇ ਠੰਡ ਦੇ ਵਿੱਚ ਬਿਲਕੁਲ ਮੱਖੀ ਹੈ, ਮੱਖੀ ਹੈ, ਬਿਲਕੁਲ ਮੱਖੀ ਹੈ, ਔਰ ਜਾਨਵਰ ਵੱਡਾ ਨਹੀਂ ਆਈ ਸਾਹਿਬ ਬੜਾ। ਜਾਨੀ ਬਾਈ ਗਾਂ ਤੇ ਮਾਸ਼ਾਅੱਲਾ, ਫਿਰ ਜਦੋਂ ਤਿਆਰ ਹੋਈ
ਮੇਲੇ ਲਾ ਸੀ, ਮੇਲੇ ਲਾ ਦੇ ਸੀ, ਇਹਦੇ 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 ਦੁੱਧ ਜੀ ਮੇਲੇ ਲਾ ਸੀ ਪੂਰੇ, ਜਦੋਂ ਤਿਆਰ ਹੋਈ ਪੂਰੀ, ਹਜੇ ਤਾਂ ਕੱਚੀ ਪਈ ਹੈ। ਜਿਹੜੇ ਮੇਰੇ ਭਰਾ ਦੇ ਨਾਲ ਜਾਣੀ ਬਾਈ ਚੰਗਾ ਪੁੱਠਾ ਲੈਣਾ, ਇਹ ਇੱਕ ਵਾਰੀ ਪੁੱਠੇ ਦੀ ਚੌੜਾਈ ਚੈੱਕ ਕਰੋ, ਇਹ ਥੱਲੇ ਲਿਬਾਸ ਚੈੱਕ ਕਰੋ, ਫੇਸ ਵੇਖੋ, ਇਹ ਤਾਂ ਸਾਹਮਣੇ ਲਾ ਯਾਰ, ਇੱਥੇ ਸਾਹਮਣੇ ਲਾ। ਹਾਂਜੀ ਸਾਹਿਬ, ਕੀ ਅੰਦਾਜ਼ਾ ਦੁੱਧ ਦੀ ਕਪੈਸਿਟੀ? ਜਾਨੀ ਬਾਈ ਪਹਿਲੇ ਸੁਗੇ ਜਿਹੜੀ ਮਲਕਾਂ ਗੱਲ ਦੱਸੀ ਹੈ ਨਾ, ਗਾਂ ਦੁੱਧ ਕਰਦੀ ਰਹੀਏ 28 ਤੋਂ 30 ਲੀਟਰ, 28 ਤੋਂ 30 ਲੀਟਰ। ਹੁਣ ਸੈਕਿੰਡ ਨੰਬਰ ਗਾਂ ਹੈ ਉਹ ਚਮੋੜ, ਅੱਲਾਹ ਦੇ ਦਰ ਦੀ ਮੈਨੂੰ ਉਮੀਦ ਹੈ, ਬਟ ਜਦੋਂ ਗਾਂ ਤਿਆਰ ਹੋਈ ਨਾ, ਇਨਸ਼ਾਅੱਲਾ ਤਾਲਾ ਗਾਂ 2-3 ਕਿਲੋ ਕੋਈ ਨਹੀਂ, ਐਡੀ ਗੱਲ ਨਹੀਂ ਹੈ ਕਿ ਗਾਂ ਦੀ ਬਾਡੀ ਬੜੀ ਹੈ। ਜਿਸ ਗਾਂ ਦੀ ਬਾਡੀ ਇਤਨੀ ਫੁੱਲ ਸਟੇਟ ਹੋਵੇ ਨਾ, ਖੂਬਸੂਰਤ ਹੋਵੇ, ਗਾਂ ਪੱਲੀ ਹੋਵੇ, ਫਿਰ ਇਹ ਗਾਂ ਦੇ ਕੋਲ ਹਲਕਾ ਜਿਹਾ ਰੈੱਡ ਵੀ ਪੈ ਰਿਹਾ, ਥੋੜ੍ਹਾ ਰੈੱਡ ਰੈੱਡ ਹਲਕਾ ਰੈੱਡ ਪੈ ਰਿਹਾ ਵਿੱਚ, ਠੀਕ ਹੈ, ਅਤੇ ਚੁਸਤਾਨੀ ਦਾ ਕਰਾਸ ਹੈ, ਅਤੇ ਫਿਰ ਵੇਖਣ ਮਾਸ਼ਾਅੱਲਾ ਆਰਡਰ ਜਿਹੜਾ ਉਹ ਇੰਪੋਰਟਡ ਆ। ਅੱਜ ਰੇਟ ਉਹ ਕੋਈ ਨਹੀਂ, ਭਾਈਆਂ ਨੇ ਪੈਕੇਜ ਦੇਣੇ ਚਾਹੀਦੇ, ਦੁੱਧ ਦੀ ਕੱਚੀਆਂ ਵੈਣਾਂ ਨੇ ਤਾਂ ਪੈਕੇਜ ਆਈ ਤੁਹਾਡੇ ਸਾਹਮਣੇ, ਜੇ ਯਕੀਨ ਕਰੋ ਇੰਜ ਦੀਆਂ ਵੈਣਾਂ ਦੇ ਰੇਟ ਮਾਰਕੀਟਾਂ 'ਚ ਚੈੱਕ ਕਰਕੇ ਵੇਖੋ ਤੇ ਫਿਰ ਤੁਸੀਂ ਫੈਸਲਾ ਕਰਨਾ। ਰੈਗੂਲਰ ਵੀਵਰਸ ਬੈਠੇ ਹੋ, ਆਈ ਸਾਹਿਬ ਨੇ ਰੇਟ ਲਾਇਆ ਜੀ 6,75,000 ਇਸ ਬੈਟ ਦਾ ਵੀ, ਜਿਤਨਾ ਕੱਦ ਬੁੱਤੇ ਪੈਸੇ 'ਚੋਂ ਪੈਸੇ ਕੋਈ ਨਹੀਂ, ਜੇ ਚਲਤੇ ਅਗਲੇ ਖੂਬਸੂਰਤ ਹੀ ਰਹੇਗੇ। ਲੋ ਜੀ ਦੋਸਤੋ, ਅੱਜ ਦੀ ਵੀਡੀਓ ਦਾ ਮਾਸ਼ਾਅੱਲਾ ਜੀ ਆਖਰੀ ਹੀਰਾ ਅਜੇ ਅਰਸ਼ਦ ਇਕਬਾਲ ਸਾਹਿਬ ਕੋਲ ਹੱਕ ਬਹੁ ਡੇਰੀ ਫਾਰਮ ਤੇ ਖਲੋਤਾ ਤੇ ਗਾਵਾਂ ਦਾ ਸ਼ਹਿਨਸ਼ਾਹ ਜੀ, ਉਹ ਤੇਰੀ ਖੈਰ। ਉਹ ਮਾਸ਼ਾਅੱਲਾ ਯਾਰ, ਮਾਸ਼ਾਅੱਲਾ, ਇਹ ਜੇ ਹੀਰਾ ਜਿਹਨੂੰ ਆਖਦੇ ਨੇ ਹੀਰਾ, ਲੋਕ ਮੰਗਦੇ ਨੇ ਆਰਡਰ ਦੀ ਕਲਾਸ ਕੁਆਲਿਟੀ, ਉਹ ਯਾਰ ਮਾਸ਼ਾਅੱਲਾ। ਇਹ ਵੇਖੋ ਹੁਣ ਇਸ ਤੋਂ ਬਾਅਦ ਆਰਡਰ ਹੋਰ ਜਾਨਵਰ ਕੀ ਬਣਾਵੇ, ਪਹਿਲਾਂ ਇਹ ਦੱਸੋ। ਇੰਜ ਦੇ ਨੱਗ ਰੋਜ਼ ਰੋਜ਼ ਰੇਂਜ ਲੱਭ ਦੇ, ਉੱਤੋਂ ਪੁੱਠਾ ਵੇਖ ਲਓ, ਥੱਲੇ ਲਿਬਾਸ ਚੈੱਕ ਕਰੋ, ਇਹ ਵੇਖੋ ਮਾਸ਼ਾਅੱਲਾ ਜੀ ਪਿੱਛੇ, ਉਹ ਹੀਰੇ ਹੀ ਪਿੱਛੇ ਵੀ ਵੱਛੀ ਹੈ ਭਾਈ ਸਾਹਿਬ, ਆਈ ਤਾਂ ਕਮਾਲ ਦੀ ਘਰ ਛੱਡਿਆ, ਆਪ ਵੀ ਵੱਛੀ ਪਿੱਛੇ ਵੀ ਵੱਛੀ। ਜਾਨੀ ਭਾਈ ਤੈਨੂੰ ਕੀ ਦੱਸਿਆ, ਇਨਸ਼ਾਅੱਲਾ ਤਾਲਾ ਵੀਡੀਓ ਵੇਖ ਕੇ ਭਾਈਆਂ ਦਿਲ 'ਚ ਠੰਡ ਪੈ ਗਈ, ਨਾ ਨਾ ਪੈ ਗਈ ਆਈ ਸਾਹਿਬ, ਐਡਾ ਵੱਡਾ ਜਾਨਵਰ ਸੋਹਣਾ ਜਿਹਾ ਦਰਵਾਜ਼ਾ ਬੰਦ ਕਰ, ਕੱਲ ਤੇਰੇ ਚੰਨ ਤੇ ਮਜਰਸੀ ਵੇਖੀਏ ਨਾ, ਮਾਸ਼ਾਅੱਲਾ ਮਾਸ਼ਾਅੱਲਾ ਦਿਲ ਖੁਸ਼ ਹੋਇਆ। ਮੈਂ ਉਸ ਅਵਾਨ ਡੇਰੀ ਫਾਰਮ ਵਾਲੇ ਨੂੰ ਦੱਸ ਦਿੰਦਾ, ਕਿਉਂ ਨਹੀਂ ਜੀ, ਕਿਉਂ ਨਹੀਂ, ਕਿਉਂ ਨਹੀਂ ਜੀ, ਕਿਉਂ ਨਹੀਂ, ਵੇਖੋ ਜੀ ਚੰਗੀ ਚੀਜ਼ ਲਾਓਗੇ ਤੇ ਲੋਕ ਬੁਲਵਾਲ ਵਿੱਚ ਹੋਵੇ ਨਾ, ਇੰਜ ਦਾ ਸ਼ੌਕ ਹੈ ਜ਼ਿੰਦਾਬਾਦ। ਜਦੋਂ ਕਸਟਮਰ ਆਉਂਦੇ ਨਾ ਉਸ ਟਾਈਮ ਖਾਲੀ ਇੱਕ ਫਾਰਮ ਦੀ ਇੱਜ਼ਤ ਨਹੀਂ ਹੁੰਦੀ, ਪੂਰੇ ਇਲਾਕੇ ਦੀ ਇੱਜ਼ਤ ਹੁੰਦੀ ਹੈ। ਆਈਏ ਸਮੇਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਵਾਨ ਡੇਰੀ ਨੇ ਜਰਸੀ ਲਾ ਕੇ ਗੱਲ ਦੱਸੀ, ਦਿਲ ਖੁਸ਼ ਕੀਤਾ ਹੈ। ਔਰ ਅਗਰ ਅਮਰੀਕਨ ਬਰੀਡ ਵੀ ਹੱਥ ਬਹੁਤ ਬੜੇ ਸ਼ੌਕ ਕਰਾ ਰਿਹਾ ਹੈ ਕਿ ਇਹੋ ਜੀ ਅਮਰੀਕਨ ਜਿਹੜੀ ਹੈ ਨਾ, ਉਹ ਪੂਰੇ ਹਫਤੇ ਵਿੱਚ ਤੇਰੇ ਚੈਨਲ ਮੈਂ ਕੋਲ ਨਹੀਂ ਦੇਖੀ, ਇੰਜ ਫੇਰ ਯਾਰ ਇੰਜ ਨਾ ਹੀ ਅਮਰੀਕਨ। ਆਈ ਸਾਹਿਬ ਵਾਕਈ ਕੋਈ ਵੀ ਸ਼ੱਕ ਨਹੀਂ ਜੀ, ਅੱਛੀ ਚੀਜ਼ ਆਈ ਸਾਹਿਬ ਲੈ ਕੇ ਆਣ, ਫਿਰ ਪਿੱਛੇ ਬੱਚੀ ਹੈ। ਆਈ ਸਾਹਿਬ ਮੌਕੇ ਦੀ ਚੁਆਈ ਕਿੰਨੀ ਹੋਣੀ, ਚੁਆਈਆਂ ਛੱਡ ਦੋ, ਆਏ ਹਾਏ ਗਾਂ ਨਾ ਬੂਤੀ ਤੋਂ ਲੈ, ਆਏ ਹਾਏ ਮੇਰੀ ਗਾਂ ਦਾ ਸ਼ੌਕ ਕਰਾ ਬਰਾਮਾ। ਹਾਂਜੀ ਆਦਾ ਇੱਕ ਵਾਰੀ ਇਹ ਲਿਬਾਸ ਵਿਖਾ ਬਰਾਮਾ ਨੇ, ਚੁਆਈਆਂ ਉਹਨਾਂ ਨੇ ਆਪੇ ਹੀ ਸਮਝ ਜਾਣੀਆਂ ਜਿਨ੍ਹਾਂ ਨੇ ਸਾਡੇ ਨੂੰ ਸਮਝਿਆ। ਇਹ ਜਿਹੜਾ ਆਰਡਰ ਲੱਗਾ ਹੋਇਆ ਗਾਂ ਨੇ, ਆ ਦੇਖੋ, ਆਏ ਹਾਏ ਹਾਏ, ਇਸ ਨੂੰ ਕਹਿੰਦੇ ਨਹੀਂ ਬਾ ਇਹ ਸਾਰ ਤੋਂ ਲੈ ਕੇ ਤੁਨੀ ਤੱਕ, ਤੇ ਇਹ ਪੂੰਚ ਵੇਖ, ਇਹਨੂੰ ਕਹਿੰਦੇ ਜੀ ਕੱਟ ਵਾਲਾ ਲਿਬਾਸ, ਇਹਨੂੰ ਵੇਖ ਨਾ ਇਹ ਕੱਟ ਵਾਲਾ ਆਰਡਰ ਹੈ, ਤੇ ਫਿਰ ਗਾਂ ਦਾ ਵੇਖ ਨਾ ਗੁੱਲਾ, ਵਾਹ ਜੀ ਵਾਹ, ਹੈ ਇਹ ਵੇਖ ਅੱਜ ਕਮਾਲ ਹੈ ਯਾਰ, ਜਿਸ ਭਾਈ ਦੇ ਘਰ ਵੀ ਗਾਂ ਗਈ ਨਾ, ਜਿਸ ਫਾਰਮਰ ਦੇ ਨਸੀਬ ਵਿੱਚ ਹੋਈ, ਅਗਰ ਮੇਰੀ ਗਾਂ 40 ਤੋਂ 45 ਕਿਲੋ ਦਾ ਰਿਕਾਰਡ 12 ਦਿਨ ਅੰਦਰ ਗਾਂ ਨਾ ਕਰੇ, ਮੈਂ 12 ਦਿਨ ਬਾਅਦ ਗਾਂ ਦਾ ਮਸੂਲ, ਤੇਰੀ ਖੈਰ ਅੱਜ ਆਜਾ ਜੀ, 12 ਦਿਨ ਯਾਨੀ ਕਿ 2 ਹਫ਼ਤਿਆਂ ਦੇ ਵਿੱਚ ਵਿੱਚ
ਮਾਸ਼ਾ ਜੀ ਗਾਂ ਵਾਪਸ ਲੈਣ ਦੇ ਹੱਕਦਾਰ ਆ, ਜਿਹੜੀ ਸ਼ੈ ਆ ਭਰਾਈ ਸਾਹਿਬ ਜਿਹੜਾ ਲੈ ਗਿਆ ਕਿਸ ਦੇਣੀ ਹੈਗਾ ਸਾਹਮਣੇ ਰੱਖ ਗੋਠ ਦੇ ਵਿੱਚ ਫੁੱਲ ਗੁਲਾਬ ਹੈ ਮਾਸ਼ਾ ਇਹ ਆਈ ਸਾਹਿਬ ਜਿਹੜਾ ਲੈ ਗਿਆ ਉਸ ਵਾਪਸ ਕਰਨ ਵਾਲੇ ਚੱਕਰ ਹੀ ਕੋਈ ਉਸ ਆਖਣਾ ਇੰਜ ਦੀਆਂ ਦਾ ਹੋਰ ਵੀ ਦੇ ਛੱਡ ਇਨਸ਼ਾਅੱਲਾ ਫਾਰਮ ਦੇ ਉੱਤੇ ਰੱਖਣੀ ਤਾਂ ਚੰਗੀ ਸ਼ੈ ਰੱਖੋ ਜਿਹੜੀ ਜਾਨੀ ਗਾਂ ਮੈਂ ਬੱਚੀ ਲਾਈ ਹੈ ਨਾ ਚੋਗੀ ਪਹਿਲੇ ਨੰਬਰ ਤੇ ਆਹਾ ਉਹ ਗਾਂ ਤੇ ਇਹ ਗਾਂ ਇੱਕ ਭਾਈ ਕੋਲੋਂ ਖਰੀਦੀਆਂ ਨਾ ਤੇ ਬੜੇ ਮਨ ਸ਼ੌਕ ਨਾਲ ਭਾਈ ਨੇ ਗਾਵਾਂ ਘਰ ਬੁਲਾ ਕੇ ਦਿੱਤੀਆਂ ਰਾਤ ਨੂੰ ਆਈ ਸਮਝ ਸ਼ੈਵਾਂ ਵੀ ਚੰਗੀਆਂ ਇਹ ਮੇਰੇ ਗਾਡਰੀ ਪਰ ਹੋਈ ਹੈ ਰਾਤ ਦੇ 1 ਵਜੇ ਸ਼ੈਵਾਂ ਵੀ ਚੰਗੀਆਂ ਨੇ ਕੋਈ ਸ਼ੱਕ ਨਹੀਂ ਦਾ ਇਹਦੇ ਚ ਇਹ ਹੁੰਦੀਆਂ ਨੇ ਮੈਂ ਤਾਂ ਮਾਸ਼ਾਅੱਲਾ ਜੀ 4 ਦੀ ਜਾਤ 2 2 ਦੀ ਜਾਤ 1 ਇਹਨੇ ਦੀਆਂ ਰੱਖੋ ਫਿਰ ਮਾਸ਼ਾਅੱਲਾ ਤੁਹਾਡਾ ਫਾਰਮ ਤਰੱਕੀ ਕਿਵੇਂ ਨਾ ਕਰੇ ਇਨਸ਼ਾਅੱਲਾ ਇਤਨੇ ਦੁੱਧ ਵਾਲੀ ਰੱਖਣੀ ਜੇ ਤੇ ਮਾਸ਼ਾਅੱਲਾ ਜੀ ਕੱਲ ਨੂੰ ਤੁਹਾਨੂੰ ਦੁੱਧ ਲੱਭਣਾ ਫਾਇਦੇ ਹੋਣੇ ਨਿੱਕੀਆਂ ਗਾਵਾਂ ਰੱਖ ਕੇ ਫਾਰਮ ਦੇ ਉੱਤੇ ਜ਼ਿਆਦਾ ਬਣਨ ਦਾ ਕੋਈ ਫਾਇਦਾ ਨੁਕਸਾਨ ਹੈ ਅਸੀਂ ਕੁਤਲਾ ਵੀਡੀਓ ਲਾਉਣ ਲੱਗਿਆਂ ਗੱਲ ਕਰਨ ਲੱਗਿਆਂ ਕੁਝ ਨਾ ਸੋਚਦੇ ਗੱਲ ਸੋਚ ਕਰਨੀ ਚਾਹੀਦੀ ਹੈ ਅੱਜ ਹਰ ਬੰਦਾ ਤਾਂ ਮੇਰੀ ਹੈ 40 ਕਿਲੋ ਵਾਲੀ ਹੈ ਮੇਰੀ 45 ਕਿਲੋ ਵਾਲੀ ਹੈ ਹਾਂਜੀ ਜਾਨੀ ਭਾਈ ਪਾਕਿਸਤਾਨ ਦੇ ਵਿੱਚ 40 ਤੋਂ 45 ਕਿਲੋ ਜਿਹੜਾ ਦੁੱਧ ਦੇ ਉਹ ਬੜਾ ਮਹਿਨਾ ਰੱਖਦਾ ਹੈ ਬੜਾ ਮਹਿਨਾ ਰੱਖਦਾ ਉਹ ਬੜਾ ਮਹਿਨਾ ਰੱਖਦਾ ਕੋਈ ਸ਼ੱਕ ਨਹੀਂ ਕੋਈ 10 ਗਾਵਾਂ ਹੋਣ 10 ਵਿੱਚੋਂ 2 ਗਾਵਾਂ ਹੁੰਦੀਆਂ 40 ਕਿਲੋ ਵਾਲੀਆਂ ਬਾਕੀ ਜਿਹੜੀਆਂ 8 ਹੁੰਦੀਆਂ ਨੇ ਉਹ ਦੇਣਗੀਆਂ 30 ਕਿਲੋ ਕਰਨ ਤਾਂ ਵੀ ਬੜਾ ਦੁੱਧ ਬੜਾ ਦੁੱਧ 30 ਲੀਟਰ 5 ਕਰਨ ਤਾਂ ਵੀ ਬੜਾ ਦੁੱਧ ਭਾਈ ਸਾਹਿਬ 3 ਲੀਟਰ ਦੁੱਧ ਜੀ 5 ਤੋਂ ਪਲੱਸ ਹੋਣਾ ਤੇ ਫਾਰਮਰ ਨੂੰ ਮੂੰਹ ਹੋ ਗਈ ਹੁਣ 20 ਕਿਲੋ ਵਾਲੀਆਂ ਤੇ ਦੱਸ ਗਿਆ ਬੈ ਜੋੜਾ 40 ਪਲੱਸ ਨਾ ਸ਼ਰਮ ਆਉਂਦੀ ਦੱਸਣ ਲੱਗਿਆ ਕਿੰਨੇ ਦੇ ਮਾਸ਼ਲ ਜੀ ਹੈ ਗਾਂ ਜਾਨੀ ਭਾਈ ਗਾਂ ਤੇ ਮੇਰੀ 12 ਲੱਖ ਦੀ ਅੱਜ ਕਿਤਨੇ ਦੀ ਪੂਰੇ 12 ਲੱਖ 12 ਲੱਖ ਤੇ ਤੁਸੀਂ ਲਾ ਰਹੇ ਹੋ ਇਹ 12 ਲੱਖ ਦੀ ਗਾਂ ਹੈ 12 ਲੱਖ ਅੱਛਾ ਬ੍ਰਾਹਮਾਂ ਕੋਲ ਕਿੰਨੇ ਲੈਣੇ ਨੇ ਗਾਂ ਤੁਹਾਡੇ ਚਲੋ 12 ਲੱਖ ਕਿਸੇ ਬ੍ਰਾਹਮਣ ਨੂੰ ਸਮਝ ਆਉਂਦੀ ਪਸੰਦ ਆਉਂਦੀ ਹੈ ਬੜੀ ਦੁਨੀਆ ਵੇਖਣ ਵਾਲੀ ਬੈਠੀ ਹੈ ਫਿਰ ਕਿੰਨੇ ਦੀ ਪਿਆਰ ਨਾਲ ਗੱਲ ਕਰੀ ਪਿਆਰ ਨਾਲ ਇੱਕੋ ਗੱਲ ਕਰੀ ਜਿਸ ਬ੍ਰਾਹਮਣ ਨੂੰ ਚੰਗੀ ਲੱਗੀ ਨਾ 9.5 ਲੱਖ ਦੀ ਗਾਂ ਦੇ ਦੋ ਤਰੀ ਆਨ ਆਦੇ ਉੱਤੇ ਪਿੱਛੇ ਬੱਚੀ ਇੱਕ ਨਹੀਂ ਦੋ 9.5 ਲੱਖ ਰੁਪਏ ਦੀ ਡਿਮਾਂਡ ਜੇ ਬਾਕੀ ਮੌਕੇ ਤੱਕ ਚੈੱਕ ਕਰਕੇ ਤਸੱਲੀ ਕਰਕੇ ਜਾ ਸਕਦੇ ਹੋ ਅੱਲਾ ਹਾਫਿਜ਼ ਜੀ ਪਾਕਿਸਤਾਨ ਜ਼ਿੰਦਾਬਾਦ